ਹੈਲੋ, ਹਾਂਜੀ, हां जी कौन रहे हो तुसी कौन ਮੈਂ ਤਾਂ ਸਨਾਓ ਤੋਂ ਗੱਲ ਕਰਦਾ ਜੀ। ਮੈਂ ਨਾ ਪੁੱਛਣਾ ਸੀ, ਇੱਕ ਇਹਨਾਂ ਨੇ ਗਰੁੱਪ ਦੇ ਵਿੱਚ ਪਾਈ ਸੀ ਬਲੱਡ ਬਾਰੇ। ਅਸੀਂ ਕੈਂਪ ਕੁੰਪ ਲਵਾਉਣੇ ਰਹਿੰਦੇ ਆ, ਹਨਾ। ਮੈਂ ਉਹ ਪੁੱਛਣਾ ਸੀ ਵੀ ਉਹ ਜਿਹਦਾ ਇਹ ਕਹਿੰਦੇ ਆ ਵੀ ਹਨਾ 1000 ਰੁਪਇਆ ਵਗੈਰਾ ਵੀ ਦਿੰਦੇ ਆ ਉਹ, ਵੀ ਉਹ ਹਾਂਜੀ ਹਾਂ ਲਓ ਕਰ ਹਾਂਜੀ ਹਾਂ ਕਰਾਓ ਕਰ ਲਓ ਗੰਗਾ ਜੀ ਲਓ ਗੱਲ ਕਰ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੈਂ ਨਾ ਸੁਨਾਮ ਤੋਂ ਗੱਲ ਕਰਦਾ ਸੀ। ਅਸੀਂ ਕੈਂਪ ਵਗੈਰਾ ਲਗਵਾਉਣੇ ਰਹਿੰਦੇ ਆ ਆਪਣੇ ਪਿੰਡ, ਜੀ ਸਰ। ਤੇ ਸਾਨੂੰ ਕਦੇ ਕਿਸੇ ਵੋਟ ਬੈਂਕ ਨੇ ਕੋਈ ਰੁਪਿਆ ਤਾਂ ਦਿੱਤਾ ਨੀ ਸਾਨੂੰ, ਨਾ ਕਿ ਸਾਨੂੰ ਦੱਸਿਆ ਵੀ ਕੋਈ ਏਦਾਂ ਆਉਂਦਾ ਕੋਈ ਗਵਰਨਮੈਂਟ ਵੱਲੋਂ ਕੀ ਹੁੰਦਾ ਏਦਾਂ ਦੀ ਕੋਈ ਸਹੂਲਤ। ਵੀਰ ਜੀ ਰਿਕਾਰਡਿੰਗ ਕਰ ਲਓ, ਹਾਂਜੀ ਰਿਕਾਰਡਿੰਗ ਆਨ ਕਰ ਲਓ। ਉਹਦੀ ਕੀ ਲੋੜ ਹੈ ਜੀ? ਮੈਂ ਵੀ ਵੀਰ ਜੀ ਅੱਜ ਤੋਂ ਨੀ, ਮੇਰੇ ਫਾਦਰ ਸਾਹਿਬ ਲੱਗੇ ਹੋਏ ਨੇ ਘੱਟੋ ਘੱਟ 40 ਸਾਲ ਤੋਂ। ਅੱਛਾ ਜੀ, ਮੈਂ ਵੀ ਥੋੜਾ ਬਹੁਤਾ ਯੋਗਦਾਨ ਪਾ ਦਿੰਦਾ, ਠੀਕ ਹੈ ਜੀ, ਸਾਡੇ ਸਮਾਜ ਨੂੰ ਸੁਧਾਰਨ। ਹਾਂਜੀ ਹਾਂਜੀ, ਠੀਕ ਹੈ ਜੀ। ਵੀ ਜੇ ਸਾਡੀ ਆਕਸੀਜਨ ਸ਼ੁੱਧ ਹੋਊਗੀ ਨਾ, ਹਾਂਜੀ, ਤਾਂ ਅਸੀਂ ਸਮਾਜ ਚ ਸਾਹ ਲੈ ਸਕਦੇ ਹਾਂ। ਬਿਲਕੁਲ ਜੀ, ਜੇ ਅਸੀਂ ਆਪਣੇ ਪੈਰਾਂ ਦੇ ਚਾਰ ਦੁਆਰੇ ਮਤਲਬ ਗੰਦ ਪਾ ਕੇ ਰੱਖਾਂਗੇ, ਸਾਡੀ ਧਰਤੀ ਮਾਤਾ ਨੂੰ ਅਸੀਂ ਜ਼ਹਿਰੀਲੀ ਕਰੀਏ, ਜੇ ਅਸੀਂ ਆਪਦਾ ਆਲਾ ਦੁਆਲਾ ਸਵਾਰੀਏ ਤਾਂ ਅਸੀਂ ਰਹਿਣ ਦੇ ਯੋਗ ਨੀ ਹੋਣਾ ਇੱਥੇ। ਠੀਕ ਹੈ ਜੀ, ਮੈਂ ਬੁਰਸ ਕਰਦੇ, ਮੈਂ ਭੱਜ ਕੇ ਚੜਿਆ ਕੋਠੇ ਥੱਲੇ, ਟਾਵਰ ਨੀ ਸੀ ਆਉਂਦੇ। ਠੀਕ ਹੈ ਜੀ। ਹਾਂ ਵੀਰ ਜੀ, ਸਾਡੇ ਨਾ ਇੱਥੇ ਅਮਰਗੜ੍ਹ ਕੈਂਪ ਲੱਗਦਾ ਹੁੰਦਾ ਸੀ, ਅੱਛਾ ਜੀ, ਬਹੁਤ ਵੱਡੇ ਪੱਧਰ ਤੇ। ਠੀਕ ਹੈ ਜੀ, ਅਸੀਂ ਵੀ ਸ਼ਾਮਲ ਹੋਏ ਵਿੱਚ, ਵੀ ਅਸੀਂ ਵੀ ਯੋਗਦਾਨ ਪਾਈਏ ਵਿੱਚ। ਹਾਂਜੀ ਹਾਂਜੀ, 3 ਸਾਲ ਤੋਂ ਉਹ ਕੈਂਪ ਲੱਗਣਾ ਬੰਦ ਹੋ ਗਿਆ ਸਿਰਫ ਇਸੇ ਕਾਰਨ ਕਰਕੇ। ਅੱਛਾ ਜੀ, ਜਿਹੜੇ ਮੇਨ ਆਗੂ ਹੁੰਦੇ ਸੀ ਦੋਨੇ, 1000 ਰੁਪਇਆ ਪਰ ਯੂਨਿਟ ਮਿਲਦਾ, ਬਿਲਕੁਲ 100% ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ। ਠੀਕ ਹੈ ਜੀ, ਮਲੇਰ ਕੋਲੇ ਕੈਂਪ ਲਗਾਇਆ, ਅੱਛਾ ਜੀ, ਫੇਰ ਅਗਲੇ ਆਗੂ ਪੈਸੇ ਲੈ ਕੇ ਉਹ ਗਏ ਉਹ ਗਏ। ਅੱਛਾ ਜੀ, ਹਾਂਜੀ, ਇੱਕ ਬਹੁਤ ਵੱਡਾ ਵਪਾਰ ਹੈ। ਠੀਕ ਹੈ ਜੀ, ਜਿਹਨੂੰ ਬਹੁਤ ਵੱਡਾ ਮਾਫੀਆ। ਹਾਂ ਅਸੀਂ ਦਿੰਨੇ ਆ ਬਲੱਡ, ਅਸੀਂ ਵੀ ਦਿੰਨੇ ਆ, ਨੀ ਗੱਲ ਨਹੀਂ, ਪਰ ਅਸੀਂ ਬਾਈ ਹੈਂਡ ਦਿੰਨੇ ਆ। ਜਦੋਂ ਆਪਾਂ ਅਸੀਂ ਵੀ ਹੁਣ ਜਿਆਦਾ ਅਸੀਂ ਵੀ ਇਹੀ ਕੰਮ ਕਰਨ ਲੱਗ ਗਏ ਜਦੋਂ ਕਿ ਐਂਬੂਲੈਂਸ ਨਹੀਂ ਹੁੰਦੀ, ਅਸੀਂ ਡਾਇਰੈਕਟ ਅਗਲੇ ਨਾਲ ਕੰਟੈਕਟ। ਹਾਂ ਬਸ, ਕਿਉਂਕਿ ਸਾਡਾ ਖੂਨ ਇਹ ਵੇਚਿਆ ਜਾਂਦਾ, ਸਾਡੀ ਨੌਜਵਾਨੀ ਦਾ ਖੂਨ ਇਹ ਵੇਚਿਆ ਜਾਂਦਾ। ਨਹੀਂ ਇਹ ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਚਲੋ ਠੀਕ ਆ, ਆਪਾਂ ਬਲੱਡ ਡੋਨੇਟ ਕਰਦੇ ਆ। ਠੀਕ ਹੈ ਜੀ, ਤੁਸੀਂ ਮੈਨੂੰ ਬਲੱਡ ਵਾਪਸ ਲੈ ਕੇ ਦਿਖਾਓ, ਇੱਕ ਵੀ ਯੂਨਿਟ ਮੈਨੂੰ ਲੈ ਕੇ ਦਿਖਾਓ, ਮੈਂ ਤੁਹਾਡਾ ਦੇਣਦਾਰ ਰਹੂੰਗਾ ਸਾਰੀ ਜ਼ਿੰਦਗੀ। ਜਿਹੜਾ ਆਪਾਂ ਜਮਾ ਕਰਾ ਦਾਂਗੇ 5-7 ਯੂਨਿਟਾਂ, ਵੀ ਸਾਡੀ ਐਮਰਜੈਂਸੀ ਵਾਸਤੇ ਰੱਖ ਲਓ, ਸਾਨੂੰ ਲੋੜ ਭਾਈ ਦੇ ਦਿਓ, ਅਸੀਂ ਚਾਹੇ 100 ਯੂਨਿਟ ਦੇਤੀ ਚਾਹੇ 200 ਉਹਨਾਂ ਨੇ ਦੇਤੀ, ਤੁਸੀਂ 5 ਯੂਨਿਟਾਂ ਮੈਨੂੰ ਵਾਪਸ ਲੈ ਕੇ ਦਿਖਾਓ ਉਸੇ ਹਸਪੀਟਲ ਚੋਂ। ਠੀਕ ਹੈ ਜੀ, ਨਹੀਂ ਮਿਲਦੀਆਂ। ਅੱਛਾ ਜੀ, ਨਹੀਂ ਜਿਵੇਂ ਅਸੀਂ ਜਿਆਦਾ ਸਾਡੇ ਆਉਂਦੀ ਟੀਮ ਆਉਂਦੇ ਜਿਆਦੇ, ਹਾਂਜੀ ਹਾਂਜੀ ਹਨਾ, ਇਹੀ ਲੈ ਕੇ ਇਹਨਾਂ ਨੇ ਸਾਨੂੰ ਕਦੇ ਨੀ ਕੋਈ ਸਾਨੂੰ ਤਾਂ ਦੱਸੀ ਨਹੀਂ, ਕਹਿੰਦੇ ਨੇ ਵੀ ਕੋਈ ਇਦਾਂ ਵੀ ਜੀ 1000 ਰੁਪਇਆ ਯੂਨਿਟ ਦਾ, 50 ਰੁਪਏ ਰਿਫਰੈਸ਼ਮੈਂਟ ਦੇ, ਅੱਛਾ ਉਹ ਮਿਲਦੇ ਨੇ। ਹੁਣ ਕੌਣ ਲੈਂਦਾ ਬੰਦਾ, ਜਿਹੜਾ ਤੁਹਾਡਾ ਕੋਈ ਆਗੂ ਆ ਉਹਨੂੰ ਪੁੱਛੋ। ਅੱਛਾ ਜੀ, ਹਾਂ ਸਾਡੀ ਸਾਡੀ ਜਿਹੜੀ ਸਾਡੀ ਜੇ ਆਪਾਂ ਉਹਦੇ ਨਾਲ ਗੱਲ ਕਰਾਂਗੇ, ਜੋ ਸਾਡਾ ਪ੍ਰਧਾਨ ਆ, ਜੇ ਅਸੀਂ ਉਹਨੂੰ ਪੁੱਛੀਏ, ਉਹ ਫਿਰ ਮੂਹਰੋਂ ਕਹੂਗਾ ਵੀ ਮੈਨੂੰ ਸਬੂਤ ਦਿਓ ਉਹਨੂੰ ਕੀ ਕੀ। ਮੈਨੂੰ ਆਨਲਾਈਨ ਲਾਓ ਤੁਸੀਂ, ਨਾ ਨਾ ਮੈਨੂੰ ਕਾਨਫਰੰਸ ਜਦੀ ਲੈ ਲਿਓ। ਠੀਕ ਹੈ ਜੀ, ਮੈਨੂੰ ਕਾਨਫਰੰਸ ਜਦੀ ਲੈ ਲਿਓ, ਮੈਨੂੰ ਬੁਲਾਓ ਇੱਥੇ। ਠੀਕ ਹੈ ਜੀ, ਠੀਕ ਹੈ। ਡਾਕਟਰ ਐਸ ਮਾਨ ਹੈਗੇ ਨੇ ਆਪਣੇ ਸੰਗਰੂਰ ਵਾਲੇ, ਹਾਂਜੀ ਜਾਣਦੇ ਹੋਵੋਗੇ, ਹਾਂਜੀ ਹਾਂਜੀ, ਡਾਕਟਰ ਮੋਹਨ ਸ਼ਰਮਾ ਨੂੰ ਜਾਣਦੇ ਹੋਵੋਗੇ, ਪ੍ਰੋਫੈਸਰ ਮਨਜੀਤ ਸਿੰਘ ਨੂੰ ਜਾਣਦੇ ਹੋਵੋਗੇ, ਹਾਂਜੀ ਹਾਂਜੀ, ਮੈਂ ਉਹਨਾਂ ਦਾ ਮੈਂਬਰ ਆ। ਠੀਕ ਹੈ ਜੀ, ਠੀਕ ਹੈ, ਪ੍ਰੈਸ 71 ਹੈ ਮੈਂ ਉਹਨਾਂ ਦਾ ਮੈਂਬਰ, ਨਹੀਂ ਪ੍ਰੈਸ 71 ਹੈ ਮੈਂ ਉਸ ਯੂਨਿਟ ਦਾ। ਠੀਕ ਹੈ ਜੀ, ਠੀਕ ਹੈ, ਸਾਡੀ ਆਪਦੀ ਸੰਸਥਾ ਚੱਲਦੀ ਹੈ, ਮੇਰੇ ਫਾਦਰ ਸਾਹਿਬ ਸ਼ਹੀਦ ਭਗਤ ਸਿੰਘ ਦੀ ਭੈਣ ਅੱਜ ਤੋਂ ਘੱਟੋ ਘੱਟ 40 ਸਾਲ ਪਹਿਲਾਂ ਸਾਡੇ ਘਰੇ ਆਈ ਸੀ, ਬੀਬੀ ਅਮਰ ਕੌਰ, ਛੋਟੀ ਜਿਹੀ ਗੱਲ। ਇਸਦਾ 1000 ਯੂਨਿਟ ਮਿਲਾ, ਇਸ ਤਾਂ ਪੱਲੇ ਖਰਚ ਕਰਕੇ ਇਸ ਤਾਂ ਦੇ ਦਿੰਦੇ ਆ, ਚਲੋ ਚਲੋ ਜਾਣ ਪਛਾਣ ਵਧੀਆ, ਇਕੱਠੇ ਕਰਕੇ 70 ਯੂਨਿਟ ਹੋ ਗਏ, ਦੱਸੀ ਸ਼ਾਮ ਤਾਂ ਕਦੇ ਕਿਸੇ ਕੋਈ। ਸਭ ਤੋਂ ਵੱਡਾ ਓਹਲਾ ਇਹ, ਸਭ ਤੋਂ ਵੱਡਾ ਓਹਲਾ
ਤੁਸੀਂ ਰਿਕਾਰਡਿੰਗ ਕਰੋ, ਰਿਕਾਰਡਿੰਗ ਕਰਕੇ ਥੋੜੇ ਗਰੁੱਪ ਚ ਪਾਓ, ਤੁਹਾਨੂੰ ਪਤਾ ਲੱਗੇ। ਠੀਕ ਹੈ ਜੀ। ਹਾਂ, ਬਾਈ ਹੈਂਡ ਤੁਸੀਂ ਕਿਸੇ ਵੀ ਮਰੀਜ਼ ਨੂੰ ਦਿਓ, ਅਸੀਂ ਬਾਈ ਹੈਂਡ ਦਿੰਦੇ ਹਾਂ, ਕਿਸੇ ਵੀ ਪੇਸ਼ੈਂਟ ਨੂੰ ਜ਼ਰੂਰਤ ਹੁੰਦੀ ਹੈ ਬਾਈ ਹੈਂਡ ਦਿੰਦੇ ਹਾਂ ਵੀ ਨਾ। ਪਰ ਸਾਤੋ ਉਹਦੇ ਪੈਸੇ ਲੈ ਜਾਂਦੇ ਨੇ ਕਿਉਂ? ਠੀਕ ਹੈ ਜੀ। ਬਲੱਡ ਬੋਤਲ ਜਦੋਂ ਅਸੀਂ ਦਿੰਨੇ ਆ ਟੈਸਟ ਵਗੈਰਾ ਦੇ ਕਹਿੰਦੇ ਵੀ ਉਹਦੀ ਤਾਂ ਇੰਨੀ ਕਿਸਮ ਦੇਣੀ ਪੈਣੀ ਆ ਜੀ, ਜੇ ਉਹ ਵੀਰ ਜੀ ਤੁਸੀਂ ਮੈਨੂੰ ਲੈ ਕੇ ਦਿਖਾ ਦੋ, ਮੈਂ ਤੁਹਾਨੂੰ ਦਿੰਨਾ 200 ਰੁਪਏ ਲੱਗਦਾ ਬਲੱਡ ਟੈਸਟਾਂ ਤੇ ਟੋਟਲ ਜੀ, 200 ਵੀ ਨਾਲ ਤਾਂ ਘੱਟ ਹੀ ਲੱਗਦੇ ਨੇ ਪੈਸੇ, ਨਾਲ ਤਾਂ ਥੋਤੋਂ ਬਲੱਡ ਲੈਣਗੇ ਬੋਤਲ, ਨਾਲੇ 1000 ਰੁਪਈਆ ਲੈਣਗੇ, ਫੇਰ ਤੁਹਾਨੂੰ ਉਹ ਬੋਤਲ ਦੇਣਗੇ। ਤੇ ਸਾਡਾ ਦਾਨ ਕੀਤਾ ਹੈ ਕਿੱਥੇ ਹੈ? ਹਾਂਜੀ ਹਾਂ, ਉਹ ਤਾਂ ਵਿਕ ਚੁੱਕਿਆ ਹੁੰਦਾ, ਉਹ ਤਾਂ ਆਪਣੇ ਦਾਨ ਕਰਨ ਤੋਂ ਪਹਿਲਾਂ ਹੀ ਗੱਲਬਾਤ ਹੋ ਕੇ 1000 ਰੁਪਈਆ ਪਰ ਯੂਨਿਟ ਵਿਕ ਚੁੱਕਿਆ ਹੁੰਦਾ। ਬੁਲਾਓ ਤੁਸੀਂ ਇਕੱਠੇ ਕਰੋ, ਬੁਲਾਓ ਨਾ ਮੈਨੂੰ ਜਿਹੜਾ ਬੰਦਾ ਕੈਂਪ ਲਾਉਂਦਾ ਉਹਦੇ ਖਾਤੇ ਦੇ ਵਿੱਚ ਦੇਖੋ ਕਿੰਨੇ ਪੈਸੇ ਨੇ, ਕਰੋ ਗੱਲ ਬਾਜੇ ਕਰਦੇ ਬੁਲਾਉਣੇ ਪ੍ਰਧਾਨ ਨੂੰ। ਮੈਂ ਕਹਿੰਦਾ ਕੈਂਪ ਲਾਉਣ ਤੋਂ 10 ਦਿਨ 5 ਦਿਨਾਂ ਬਾਅਦ ਦਾ ਖਾਤਾ ਚੈੱਕ ਕਰੋ ਉਹਦੇ ਵਿੱਚ ਕਿੰਨੇ ਪੈਸੇ ਆ ਅਕਾਊਂਟ ਦੇ ਵਿੱਚ। ਠੀਕ ਹੈ ਜੀ, ਕਰਦੇ ਜੀ ਗੱਲ। ਹਾਂ, ਦਿਓ ਬਲੱਡ, ਦਿਓ ਜਿਹਨੂੰ ਜ਼ਰੂਰਤ ਹੈ, ਸਾਤੋ ਵੀ ਲਓ ਦਿਓ ਵੀ, ਠੀਕ ਹੈ ਨਾ, ਪਰ ਬਾਈ ਹੈਂਡ ਦਿਓ, ਕੈਂਪ ਚ ਨਾ ਦਿਓ ਪਲੀਜ਼। ਠੀਕ ਹੈ, ਰਿਕੁਐਸਟ ਹੈ ਮੇਰੀ, ਠੀਕ ਹੈ ਨਾ। ਹੋਰ ਕਦੇ ਕਿਸੇ ਦੀ ਵੀ ਮਲੇਰ ਕੋਲ ਆਏ ਤਾਂ ਮੈਨੂੰ ਜ਼ਰੂਰ ਫੋਨ ਕਰਿਓ, ਮਿਲਾਂਗੇ ਆਪਾਂ। ਕਿੱਧਰ ਮਲੇਰ ਕੋਲ ਲਿਆ ਪਿੰਡ ਤੁਹਾਡਾ? ਕਿੱਥੇ ਤੋਂ? ਮੇਰਾ ਬਨਮੋਰਾ ਪਿੰਡ, ਬਨਮੋਰੀ ਹੈ ਵੀਰੇ ਪਿੰਡ, ਪਸੌੜ ਦੇ ਨਾਲ ਹੀ ਹੈ। ਅੱਛਾ ਅੱਛਾ, ਠੀਕ ਹੈ ਜੀ, ਠੀਕ ਹੈ। ਹਾਂ, ਪਸੌੜ ਜਦੋਂ ਕੋਈ ਆਏ ਨਾ, ਧੂਰੀ ਆਏ ਜਾਂ ਮਲੇਰ ਕੋਲ ਆਏ, ਮੈਨੂੰ ਜ਼ਰੂਰ ਬੁਲਾਇਓ। ਹਾਂਜੀ, ਜ਼ਰੂਰ ਆਵਾਂਗੇ ਤੁਹਾਡੇ ਕੋਲ, ਮੈਂ ਇਸੇ ਕਰਕੇ ਪਾਇਆ ਵੀ ਸਾਡਾ ਖੂਨ ਵੇਚੋ ਨਾ। ਹਾਂਜੀ ਹਾਂਜੀ ਹਾਂ, ਬਾਈ ਹੈਂਡ ਦਿਓ। ਠੀਕ ਹੈ ਜੀ, ਠੀਕ ਹੈ, ਠੀਕ ਹੈ ਨਾ। ਚਾਹੇ 10 ਯੂਨਿਟਾਂ ਰੋਜ਼ ਦੇਣੇ ਆਪਣੇ, 10 ਯੂਨਿਟਾਂ ਰੋਜ਼ ਦੇਵਾਂਗੇ, ਪਰ ਅਸੀਂ ਕੈਂਪ ਨਹੀਂ ਲਾਉਂਦੇ। ਨਾ ਅਮਰਗੜ੍ਹ ਸੀ, ਆ ਜਦੋਂ ਬਹੁਤ ਕਲੇਸ਼ ਪਿਆ ਸਾਡਾ, ਬਹੁਤ ਜ਼ਿਆਦਾ। ਠੀਕ ਹੈ ਜੀ, ਉਹ ਬੰਦ ਹੋ ਗਿਆ ਲੱਗਣਾ। ਠੀਕ ਹੈ ਜੀ, ਠੀਕ ਹੈ। ਗਰੀਬ ਪਰਿਵਾਰ ਦਾ ਮੁੰਡਾ ਮਲੇਰ ਕੋਲੇ ਕੈਂਪ ਲਵਾਇਆ ਸੀ, ਬੰਦਾ ਮਤਲਬ 65,000 ਰੁਪਇਆ ਹੋ ਗਿਆ, ਹੁਣ ਸੰਸਥਾ ਚ ਪਰੇ ਹਟ ਗਿਆ। ਉਹਨੇ ਵੀ ਮੈਸੇਜ ਪਾਇਆ ਹੈ ਵਿੱਚ, ਕਮਲ ਬਾਈ ਕਹਿੰਦਾ ਕੀ ਬਕਵਾਸ ਕਰਦਾ ਮਹਾਂਪੁਰ। ਮੈਂ ਕੋਈ ਗੱਲ ਨੀ, ਮੈਂ ਕੱਲ ਨਾ ਪਰਸੋਂ ਸਾਡੇ ਇੱਕ ਡੈਥ ਹੋ ਗਈ ਸੀ, ਹੁਣ ਮੈਂ ਮਕਾਨ ਚੱਲਿਆ ਸੀ ਫੁੱਲਾਂ ਤੇ, ਮੈਂ ਕੋਈ ਗੱਲ ਨੀ, ਮੈਂ ਤੈਨੂੰ ਆ ਕੇ ਜਵਾਬ ਦੇਊਂਗਾ ਜੇ ਮੈਨੂੰ ਇਸ ਗਰੁੱਪ ਦੇ ਵਿੱਚ ਰਿਮੂਵ ਨਾ ਕਰਿਆ ਹੋਇਆ ਤਾਂ। ਠੀਕ ਹੈ ਜੀ, ਠੀਕ ਹੈ, ਹਾਂ ਠੀਕ ਹੈ ਨਾ, ਕੋਈ ਗੱਲ ਨੀ, ਤੁਹਾਨੂੰ ਮੋਸਟ ਵੈਲਕਮ, ਪਰ ਕੈਂਪ ਚ ਨਾ ਲਓ, ਉਹਨੂੰ ਫੜ ਪੁੱਛੋ। ਬਾਈ ਅੱਜੇ ਕਰਦੇ ਜਿਹੜੇ ਪਿਛਲੇ ਕੈਂਪ ਦਾ ਲੈਂਦੇ ਹਿਸਾਬ ਤੋਂ ਪ੍ਰਧਾਨ ਤੋਂ। ਹਾਂ ਬਿਲਕੁਲ, ਲਓ ਜੀ, ਲਓ 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 ਲਓ, ਹੱਕ ਬਣਦਾ ਤੁਹਾਡਾ। ਹਾਂਜੀ ਹਾਂ, ਨਹੀਂ ਉਹ ਜਿਹੜਾ ਜਿਹੜਾ ਤੁਹਾਡਾ ਮੇਨ ਬੰਦਾ ਸੀ ਨਾ, ਜਿਹੜਾ ਤੁਹਾਡਾ ਮੇਨ ਆਗੂ ਸੀ, ਉਹਦਾ ਵੀ ਲਿਆ ਕਾਪੀ ਲਿਆ ਤੇਰੀ ਕਿੱਥੇ? ਹਾਂਜੀ ਹਾਂ, ਉਹੀ ਗੱਲ ਹੈ ਜੀ, ਕੈਂਪ ਲਾਇਆ, ਉਦੋਂ ਬਾਅਦ ਜਿੰਨੀਆਂ ਯੂਨਿਟਾਂ ਕੀਤੀਆਂ ਨੇ, 200 ਯੂਨਿਟ ਤੁਹਾਡੀ ਹੋਈ ਆ, 2 ਲੱਖ ਰੁਪਏ ਉਹਦੇ ਅਕਾਊਂਟ ਦੇ ਵਿੱਚ ਆਇਆ ਵੀਰ ਜੀ। ਠੀਕ ਹੈ ਜੀ, ਠੀਕ ਹੈ, 50 ਰੁਪਏ ਰਿਫਰੈਸ਼ਮੈਂਟ ਦੇ। ਠੀਕ ਹੈ ਜੀ, ਠੀਕ ਹੈ ਨਾ, ਬਾਕੀ ਤੁਸੀਂ ਕੋਈ ਗੱਲ ਨੀ, ਮੋਸਟ ਵੈਲਕਮ। ਹਾਂਜੀ ਹਾਂ, ਠੀਕ ਹੈ ਜੀ, ਠੀਕ ਹੈ ਨਾ, ਕੈਂਪ ਲਾਉਣੇ ਬੰਦ ਕਰ ਦੋ। ਬਸ ਠੀਕ ਹੈ ਸਰ, ਠੀਕ ਹੈ ਜੀ। ਬਾਕੀ ਕੁਲਵੰਤ ਸਿੰਘ ਧੋਰੀ ਲਾਲਵਾ ਵਾਲਾ ਆ ਰਹੇ ਨੇ ਇੱਥੇ, ਅੱਜ 24 ਤਰੀਕ ਹੈ, ਲਹਾਰ ਮਾਜਰੇ। ਅੱਛਾ ਜੀ, ਅੱਜ ਇਸ ਵਾਰ ਤਾਂ ਉਹਨਾਂ ਨੇ ਆਉਣਾ ਨੀ, ਮੀਮ ਸੇ ਆਉਣਗੇ ਜ਼ਰੂਰ। ਅੱਛਾ ਜੀ, ਠੀਕ ਹੈ, ਅਸੀਂ ਉੱਥੇ ਉਹ ਮੁੱਦਾ ਉਠਾਉਣਾ ਵੀ ਕੁਲਵੰਤ ਸਿੰਘ ਇੱਕ ਹੋਰ ਬਹੁਤ ਵੱਡਾ ਕੈਂਸਰ ਜਿੰਬੜਿਆ ਸਾਡੇ ਜਿਹੜੇ ਜਿਹੜੇ ਲਾਲਚੀ ਬੰਦੇ ਨੇ ਉਹਨਾਂ ਨੂੰ, ਹਾਂਜੀ, ਉਹ ਸਾਡੇ ਸਾਡੇ ਸਾਡੀ ਨੌਜਵਾਨੀ ਦਾ ਖੂਨ ਵੇਚਦੇ ਨੇ ਉਹ। ਠੀਕ ਹੈ ਜੀ, ਠੀਕ ਹੈ, ਕਰੋ ਇਕੱਠੇ, ਇੱਕ ਨੀ ਬਹੁ ਜਿੰਨੇ ਵੀ ਆਗੂ ਹੋਏ ਹੋਏ ਨੇ ਆਪਣੇ, ਹਾਂਜੀ, ਜਿੰਨੀਆਂ ਵੈਲਫੇਅਰ ਸੋਸਾਇਟੀਆਂ ਦੇ ਆਗੂ ਹੋਏ ਨੇ ਸਾਰਿਆਂ ਨੂੰ ਇਕੱਠੇ ਕਰੋ, ਫਿਰ ਅਸੀਂ ਪੁੱਛੀਏ ਵੀ ਦੱਸੋ ਲਿਓ। ਬਿਲਕੁਲ ਜੀ, ਪੁੱਛ ਲਓ, ਇਹਦਾ ਜਵਾਬ ਅਸੀਂ ਦਿੰਨੇ ਆ। ਹਾਂਜੀ ਹਾਂ,
ਮਾਂ ਬਾਪ ਕਿਵੇਂ ਉਹਦੇ ਬੱਚਿਆਂ ਨੂੰ ਪਾਲਦੇ ਨੇ, ਕਿਵੇਂ ਮੁਸ਼ਕਲਾਂ ਦਾ ਖਾਣਾ ਪੀਣਾ ਦਿੰਦੇ ਨੇ, ਤੁਸੀਂ ਉਹਨਾਂ ਦਾ ਖੂਨ ਕਢਾ ਕੇ ਅਸੀਂ ਵੇਚੀਏ, ਸਾਡੇ ਤਾਂ ਗਿਰ ਗਏ ਫਿਰ ਇਸ ਤਾਂ। ਚਲੋ ਜੀ ਮੈਂ ਅੱਜ ਕਰਦੇ ਗੱਲ ਪ੍ਰਧਾਨ ਨਾਲ, ਮੈਂ ਦੱਸਦਾ ਤੁਹਾਨੂੰ ਫਿਰ ਕੀ ਕਹਿੰਦੇ ਜੀ। ਵੀਰ ਜੀ ਮੈਨੂੰ ਕਾਨਫਰੰਸ ਲੈ ਲਿਓ ਫਿਰ ਜਦੀ। ਬਸ ਠੀਕ ਹੈ ਜੀ, ਠੀਕ ਹੈ ਵੀਰ ਜੀ, ਓਕੇ।